ਯਾਰ ਮੇਰੀ ਉਹਨੂੰ ਬੱਸ ਹੈ, ਬੱਸ 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 ਮਸਲਾ ਚੱਲ ਰਿਹਾ ਭੈਣ ਕੋਈ ਯਾਰ ਕੀ ਕਿਤੇ ਨੀਲਮ ਵੈਲੀ 'ਤੇ ਖੜਾ ਮੈਂ, ਇੰਝ ਉੱਤੋਂ ਆ ਰਿਹਾ ਤੂੰ ਮੇਰੇ ਯਾਰ, ਮੈਂ ਇੱਥੇ ਮੈਂ ਲੱਗਾ ਆਪਣੇ ਫੋਨ 'ਚ, ਇੱਕ ਮਿੰਟ ਭਾਈ ਬਾਜੀ ਇੱਕ ਮਿੰਟ, ਉਹ ਯਾਰ ਇੱਕ ਮਿੰਟ ਕਿਤੇ ਲਾਈਵ ਆਏ ਹਾਂ ਯਾਰ ਮਸਲਾ ਭਾਈ ਕੀ ਇੱਕ ਮਿੰਟ ਆ ਕੀ ਮਤਲਬ ਲੱਗੀ ਕਮੇਟੀ ਪਾਈ ਆ ਮੇਰੇ ਨਾਲ, ਮੈਂ ਕਰਦਾ ਯਾਰ ਇਹਦੇ ਤੋਂ ਜਾਨ ਛਡਾ ਲਵਾਂ ਯਾਰ, ਕਰਦੇ ਕਰਦੇ 2 ਮਿੰਟ ਬਾਅਦ ਆ ਰਸਤਾ ਦੱਸ ਯਾਰ ਕੀ ਮਤਲਬ, ਐਵੇਂ ਵਿੱਚ ਤੂੰ ਆਰੀ ਜਾ ਰਿਹਾ ਭਾਈ ਮੇਰੇ ਲੋ ਭਰਾ ਯਾਰ, ਲੋੜ ਨਹੀਂ ਆ, ਨਹੀਂ ਨਹੀਂ ਮੈਂ ਸੱਚੀ ਮੈਂ ਜੈਨੂਅਨ, ਤੁਸੀਂ ਮੇਰੇ ਭਰਾ, ਮੈਨੂੰ ਬੜੇ ਪਿਆਰੇ ਲੱਗੇ ਹੋ, ਚਲੋ ਮਾਪਾ ਦਾ ਤੁਹਾਡੀ ਆ ਮੈਂ ਯਾਰ ਕੀ ਗੱਲ ਹੋ ਗਈ ਆ, ਇੱਥੇ ਅੱਗੇ ਬੜੇ ਦੁੱਖ ਨੇ ਜ਼ਿੰਦਗੀ ਦੇ ਯਾਰ, ਕੀ ਹੁਣ ਕੀ ਪੈ ਗਿਆ ਕੰਮ, ਹੈਂ ਬਿੱਲ ਆ ਗਿਆ ਕਿੰਨਾ ਕੁ ਆ ਗਿਆ ਯਾਰ, ਇੰਨਾ ਏ ਸੀ ਕੀ ਮਤਲਬ ਕਿਤੇ ਏ ਸੀ ਗਲੀ ਵੱਲ ਕੀਤਾ ਵਾ, ਇੰਨਾ ਬਿੱਲ ਨਹੀਂ ਭਰਿਆ ਜਾਣਾ ਹੈ, ਤੁਸੀਂ ਲਿਆਦਾ ਏ ਸੀ ਬੰਦ ਕਰ ਦਿਓ, ਸਾਰੇ ਘਰ ਦੇ ਪੱਖੇ ਲਾ ਦਿਓ, ਪੱਖੇ ਲਾ ਕੇ ਅਤੇ ਗੰਢ ਮਾਰ ਕੇ ਨਾ ਉਹਨਾਂ ਨੂੰ ਰੱਖ ਦਿਓ ਗੈਲਰੀ 'ਚ, ਬਿੱਲ ਇੰਨਾ ਕਿਤੇ ਆ ਗਿਆ ਵੀ 10,000 65 ਰੁਪਏ ਦਾ ਯੂਨਿਟ ਹੋ ਗਿਆ, 16 ਰੁਪਏ ਦੀ ਰੋਟੀ ਹੋ ਗਈ ਆ, ਇੱਕ ਟਾਈਮ ਦੀ ਰੋਟੀ ਭੁੱਲ ਕੇ ਛੱਡੋ ਮੈਂ ਤਾਂ ਕਹਿੰਦਾ ਅੱਜ ਕੱਲ੍ਹ, ਬਸ ਯਾਰ ਮੇਰੀ ਤਾਂ ਇੱਥੇ ਹੀ ਲੰਘ ਜਾਣੀ ਹੈ ਮੈਨੂੰ ਲੱਗ ਰਿਹਾ, ਬਸ ਪਾਕਿਸਤਾਨ ਦੇ ਜੋ ਹਾਲਾਤ ਨੇ, ਓਏ ਹੋਏ ਹੋਏ ਕਿੱਧਰ ਜਾਵਾਂ ਜੀ, ਮੈਨੂੰ ਯੂਰਪ ਜਾਣਾ ਪੈਣਾ ਹੁਣ ਬਿੱਲਾਂ ਦੀ ਖਾਤਰ, ਨਹੀਂ ਨਹੀਂ ਮੈਨੂੰ ਨਹੀਂ ਪਤਾ ਯਾਰ, ਮੈਂ ਕੁਛ ਨਹੀਂ ਭਾਈ ਕਰ ਸਕਦਾ, ਤੁਹਾਡੀ ਮਿਹਰਬਾਨੀ ਆ, ਮਿਹਰਬਾਨੀ ਤੁਹਾਡੀ, ਮੀਟਰ ਤੋਂ ਕਾਲੇ ਮਾਂਹ ਵਾਰ ਕੇ ਸੁੱਟੋ ਭਾਈ, ਇੰਨਾ ਬਿੱਲ ਕਿਤੇ ਵੀ ਦੱਸ, ਸਦਕਾ ਦਿੱਤਾ ਮੀਟਰ ਦਾ, ਅਤੇ ਇੰਨਾ ਬਿੱਲ ਕਾਹਦੇ ਨਾਲ, 85,000 ਰੁਪਈਆ ਬਿੱਲ ਕਸਮੇ, 70 ਆ ਜਾਣੀ ਸੀ ਨਵੀਂ ਇੰਨੇ ਦੀ, 32 ਬੰਦ 'ਚ ਮੈਂ ਲੈ ਕੇ ਫਿਰੀ ਜਾਣੀ, ਨਹੀਂ ਮੇਰੇ ਕੋਲ ਨਹੀਂ ਹੁਣ ਹੈ ਕੁਛ ਵੀ ਭਾਈ, ਬਸ ਰੋਟੀ ਨਹੀਂ ਖਾਧੀ ਹੈ ਸ਼ਾਮ ਦੀ, ਉਹ ਭਾਈ ਬਸ ਐਂਡ ਹੋ ਗਿਆ ਸਾਡਾ ਵੀ, ਹੁਣ ਮਾਫ਼ੀ ਦੇ ਦਿਓ ਸਾਨੂੰ, ਹੈਂ ਨਹੀਂ ਨਹੀਂ ਮੇਰੀ ਆਪਣੀ ਬੜੀ ਤਬੀਅਤ ਚੜੀ ਆ ਅਤੇ ਮੇਰੇ ਕੋਲ ਹੁਣ ਕੁਛ ਨਹੀਂ ਆ, ਬੜੇ ਮਾਮਲਾਤ ਨੇ ਇੱਥੇ ਵੀ ਯਾਰ, ਕਰਨ ਵਾਲੇ ਤੁਹਾਨੂੰ ਕਿੱਦਾਂ ਸਮਝਾਏ ਬੰਦਾ ਯਾਰ, ਹਰ ਸ਼ਹਿ ਵਿੱਚ ਆ ਨਾਲੋ ਨਾਲ ਆ ਸਾਰਿਆਂ, ਮੇਰੀ ਬਹੁਤ ਤਬੀਅਤ ਚੜੀ ਆ, ਅੱਗੇ ਹੀ ਮੈਂ ਰੋਟੀ ਨਹੀਂ ਖਾਧੀ ਸ਼ਾਮ ਦੀ, ਦੂਜਾ ਇਹ ਆ ਕਿ ਕੀ ਦੱਸਾਂ ਤੁਹਾਨੂੰ ਮੈਂ ਯਾਰ, ਅਜੇ ਹਾਂਜੀ ਮੈਂ ਨਾ ਅੱਜ ਪਹਿਲੇ ਦਿਨ ਮੇਰਾ ਦੁਬਈ ਦੇ ਵਿੱਚ, ਕੋਈ ਨਹੀਂ ਕੱਲ੍ਹ ਤੈਨੂੰ ਦੂਜਾ ਹੋ ਜੂ, ਸਾਡੀ ਕੱਲ੍ਹ ਤਬੀਅਤ ਚੜ੍ਹਾਉਣੀ, ਨਹੀਂ ਮੈਂ ਡਰੈਸ ਥੋੜ੍ਹਾ ਜਿਹਾ ਪੁੱਛਣਾ ਚਾਹ ਰਿਹਾ ਕਿ ਮੈਂ ਨਾ ਜਾਣਾ ਸਤਵੇ ਵਾਲੀ ਸਾਈਡ 'ਤੇ, ਜਿੰਨਾ ਕਿ ਤੂੰ ਪੁੱਛਣਾ ਤੈਨੂੰ ਆਪ ਪਤਾ, ਤੂੰ ਇੱਥੋਂ ਇੰਝ ਕਹਿ ਤਾਂ ਦਿੱਤਾ, ਨਹੀਂ ਨਹੀਂ ਮੈਨੂੰ ਕਿਸੇ ਪਿੱਛੋਂ ਕਿਸੇ ਨੇ ਦੱਸਿਆ ਕਿ ਇੰਝ ਜਾਣਾ ਤੁਸੀਂ ਸਿੱਧੇ ਇਸ ਸਾਈਡ 'ਤੇ, ਪਿੱਛੇ ਜਾ ਯਾਰ ਉਹਦੇ ਕੋਲ ਫਿਰ ਪੁੱਛ ਜਾ ਕੇ, ਤੇਰੀ ਮਿਹਰਬਾਨੀ, ਉਹ ਯਾਰ ਕਰਾਉਂਦੇ ਹਾਂ ਉਹਨੇ ਦੀਆਂ ਕਿਸ਼ਤਾਂ ਕੁਸ਼ਤਾਂ ਕਰਾਉਂਦੇ ਹਾਂ, ਫਿਰ ਕੋਈ ਗੱਲ ਬਣੇਗੀ ਯਾਰ, ਮੇਰੀ ਉਹਨੂੰ ਬੱਸ ਹੈ, ਬੱਸ 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 ਮਸਲਾ ਚੱਲ ਰਿਹਾ ਭੈਣ ਕੋਈ ਯਾਰ, ਕੀ ਕਿਤੇ ਨੀਲਮ ਵੈਲੀ 'ਤੇ ਖੜਾ ਮੈਂ, ਇੰਝ ਉੱਤੋਂ ਆ ਰਿਹਾ ਤੂੰ ਮੇਰੇ ਯਾਰ, ਮੈਨੂੰ ਥੋੜ੍ਹਾ ਦੱਸ ਦਿਉ ਨਾ ਸਤਵਾ ਯਾਰ, ਇੰਨਾ ਕੁ ਦੱਸਦਾ ਨਾ ਤੈਨੂੰ ਚੱਲ ਜਾਣ ਆਪੇ, ਲੱਭਣ ਨੂੰ ਬੰਦਾ ਖੁਦਾ ਲੱਭ ਲੈਂਦਾ, ਤੈਨੂੰ ਸਤਵੇ ਨੇ ਲੱਭ ਰਿਹਾ ਯਾਰ, ਮੈਂ ਪਹਿਲੇ ਦਿਨ ਆਇਆ ਦੁਬਈ ਯਾਰ, ਤੂੰ ਨਾ ਆਉਂਦਾ ਯਾਰ ਸਾਡੇ ਲਈ ਆਇਆ ਤੂੰ ਯਾਰ, ਤੁਸੀਂ ਪਾਕਿਸਤਾਨ ਤੋਂ ਭੈਣ, ਭੈਣ ਮੈਂ ਕਿਤੋਂ ਨਹੀਂ ਆਉਂਗਾ, ਜਿੱਥੋਂ ਤੂੰ ਆ ਨਾ ਮੈਂ ਉੱਥੋਂ ਬਿਲਕੁਲ ਨਹੀਂ ਹੈ, ਮੇਰੀ ਜਾਨ ਛੱਡ ਦੇ ਯਾਰ, ਯਾਰ ਇਹਦੀ ਕਿਸ਼ਤ ਕੁਸ਼ਤ ਕਰਾਓ ਸਵੇਰੇ ਵਾਪਡਾ ਜਾ ਕੇ ਯਾਰ, ਠੀਕ ਹੈ ਮਿਹਰਬਾਨੀ ਕਰੋ, ਸਾਡੇ ਪਾਕਿਸਤਾਨੀ ਪਾਕਿਸਤਾਨੀ ਦੇ ਕੰਮ ਆਉਂਦਾ ਵਾ ਬਾਹਰ, ਯਾਰ ਅਸੀਂ ਤੇਰੇ ਨਹੀਂ ਆਉਣਾ, ਮੈਂ ਨਹੀਂ ਪਾਕਿਸਤਾਨੀ ਭਾਈ, ਚੱਲ ਜਾ ਤੂੰ, ਤੁਹਾਨੂੰ ਕਿੰਨੇ ਸਾਲ ਹੋ ਗਏ ਦੁਬਈ, ਉਹ ਕੀ ਗੱਲ ਆ ਭਾਈ, ਕਿਤੇ ਬਰਥਡੇ ਮਨਾਉਣੀ ਮੇਰੀ ਤੂੰ, ਲੈ
ਭਰਾ ਹੈਗੇ ਆਪਾਂ ਯਾਰ ਸ਼ੇਰ ਉਹ ਯਾਰ ਤੈਨੂੰ 2 ਮਿੰਟ ਨਹੀਂ ਹੋਏ ਪਿੱਛੋਂ ਤੈਨੂੰ ਕਿਸੇ ਨੇ ਰਸਤਾ ਦੱਸਿਆ ਤੇ ਤੂੰ ਐਵੇਂ ਲੈ ਸ਼ੇਅਰ ਕਰੋ ਮੇਰੇ ਨਾਲ ਕੀ ਤੇਰੇ ਨਾਲ ਸ਼ੇਅਰ ਕਰੀਏ ਜੌਨ ਏਲੀਆਂ ਤੂੰ ਵੈਸੇ ਮੈਂ ਕਹਿੰਦਾ ਭਰਾ ਭਰਾਵਾਂ ਦੇ ਯਾਰ ਮੇਰੇ ਭਰਾ ਹੈਗੇ ਤੂੰ ਮੇਰਾ ਭਰਾ ਜਾ ਕਿੱਧਰ ਜਾਣਾ ਤੂੰ ਕਹਿੰਦੀ ਮੇਰੀ ਯਾਰ 1 ਮਿੰਟ ਭਾਈ ਉਹ ਯਾਰ ਨਹੀਂ ਭਾਈ ਬਿੱਲ ਕੀ ਬਿੱਲ ਯਾਰ ਇੱਧਰ ਤੁਹਾਡੇ ਬਿੱਲ ਤੋਂ ਯਾਰ ਤੁਹਾਡੇ ਬਿੱਲ ਤੋਂ ਵੱਡਾ ਇੱਕ ਕਿੱਲ ਟੱਕਰ ਗਿਆ ਮੇਰੇ ਐਸਾ ਚੁੱਭ ਰਿਹਾ ਪਿਛਲੇ 2 ਮਿੰਟ ਤੋਂ ਤੁਹਾਡੀ ਮਿਹਰਬਾਨੀ ਇਹਦੀ ਕਿਸ਼ਤ ਕੁਸ਼ਤ ਕਰਾਓ ਕਿਤੇ ਜਾ ਕੇ ਸਰ ਮੈਨੂੰ ਥੋੜ੍ਹਾ ਗਾਈਡ ਕਰ ਦਿਉ ਮੈਂ ਐਵੇਂ ਖੜਾ ਟਾਈਮ ਤੁਹਾਡਾ ਵੀ ਲੱਗ ਰਿਹਾ ਮੇਰਾ ਵੀ ਲੱਗ ਰਿਹਾ ਯਾਰ ਤੁਸੀਂ ਹੈਲਪ ਕਰੋ ਯਾਰ ਐਸੇ ਵੇਲੇ ਤੋਂ ਲੋਕ ਕਹਿੰਦੇ ਕਿ ਯਾਰ ਪਾਕਿਸਤਾਨੀ ਹੈਲਪ ਨਹੀਂ ਕਰਦੇ ਬਾਹਰ ਆਪਣੇ ਭਰਾਵਾਂ ਦੀ ਕੀ ਹੈਲਪ ਕਰੀਏ ਮੈਨੂੰ ਦੱਸ ਦਿਓ ਕਿ ਸਤਵਾ ਕਿੱਧਰ ਆ ਮੈਂ ਪਹਿਲੇ ਦਿਨ ਆ ਮੇਰਾ ਦੁਬਈ ਯਾਰ ਯਾਰ ਸਤਵਾ 6ਵੇਂ ਤੋਂ ਅਗਲਾ ਸਤਵਾ ਚੱਲ ਜਾ ਉੱਧਰ ਕਿਤੇ ਸਾਡੀ ਕਿਉਂ ਤਵੀਅਤ ਚੜਾਉਂਦੇ ਆ ਮਿੰਟ ਮਿੰਟ ਤੇ ਯਾਰ ਅਸੀਂ ਅੱਗੇ ਥੱਕੇ ਆ ਰਹੇ ਆ ਮਸਲਾ ਕੀ ਬਣਿਆ ਵੈਸੇ ਯਾਰ ਕੀ ਮਸਲਾ ਤੈਨੂੰ ਦੱਸ ਦਈਏ ਨਾਜ਼ਮ ਆ ਤੂੰ ਯਾਰ ਆਪਸ ਚ ਬੰਦਾ ਕੋਈ ਓਏ ਆਪਸ ਚ ਨਾ ਹੋ ਤੂੰ ਮੇਰੇ ਨਾਲ ਇਕੱਲਾ ਹੀ ਹੋਇਆ ਯਾਰ ਤੂੰ ਕੌਣ ਆ ਭਾਈ ਤੂੰ ਇਧਰੋਂ ਆਇਆ ਵਾ ਤੂੰ ਇੱਥੇ ਮੈਂ ਲੱਗਾ ਆਪਣੇ ਫੋਨ 'ਚ 1 ਮਿੰਟ ਭਾਈ ਬਾਜੀ 1 ਮਿੰਟ ਓ ਯਾਰ 1 ਮਿੰਟ ਕਿਤੇ ਲਾਈਵ ਆਏ ਆ ਤੂੰ ਵਿੱਚ ਲੈ ਲੈ ਇੰਟਰੀ ਪਾਈ ਜਾ ਰਿਹਾ ਉਹਨਾਂ ਨੂੰ ਮੈਂ ਦੱਸਿਆ ਮੈਂ ਇਕੱਲਾ ਖੜਾ ਕਿਤੇ ਖੁਦਕੁਸ਼ੀ ਕਰਨ ਲਈ ਤੂੰ ਪਿੱਛੋਂ ਵਾਦਾਂ ਲਾਈ ਜਾ ਭੈਣ ਥੋੜ੍ਹਾ ਜਿਹਾ ਮੈਨੂੰ ਸਮਝਾ ਦਿਓ ਕਿ ਸਤਵਾ ਕਿੱਧਰ ਹੈਗਾ ਵਾ ਠੀਕ ਆ ਮੈਂ ਨਿਕਲ ਜਾਣਾ ਪੈਦਲੋਂ ਪੈਦਲ ਹੀ ਆਪਾਂ ਪਹਿਲੇ ਦਿਨ ਹੈਗਾ ਦੁਬਈ 'ਚ ਯਾਰ ਉੱਥੇ ਬੰਦੇ ਨੇ ਬੁਲਾਇਆ ਇੱਕ ਨੇ ਕਹਿੰਦਾ ਜੋਬ ਤੈਨੂੰ ਕਰਾ ਦਿੰਦਾ ਦੋਸਤ ਮਤਲਬ ਜਾਣਾ ਨਾਲ ਹੀ ਆ ਯਾਰ ਤੈਨੂੰ ਤੇਰੇ ਅੰਮੀ ਅੱਬੂ ਨਹੀਂ ਸਮਝਾ ਸਕੇ ਤੇ ਮੈਂ ਕੀ ਸਮਝਾਉਣਾ ਤੇਰੀਆਂ ਰਕਤਾਂ ਤੋਂ ਲੱਗ ਰਿਹਾ ਚੱਲ ਬਰਲ ਇਹ ਵੇਖ ਰਿਹਾ ਸਾਹਮਣੇ ਇੱਥੋਂ ਜਾ ਉਮੇ ਸਕੀਮ ਓਕੇ ਉੱਥੋਂ ਕੋਈ ਸਕੀਮ ਲਾ ਤੇ ਅੱਗੇ ਨਿਕਲ ਜਾ ਤੇਰੀ ਮਿਹਰਬਾਨੀ ਅੱਗੇ ਸਤਵਾ ਆ ਜਾਏਗਾ ਤੈਨੂੰ ਜੈਨ ਮੈਂ ਦੱਸਦਾ ਉਮੇ ਸਕੀਮ ਪਿੱਛੋਂ ਵੀ ਕਿਸੇ ਨੇ ਦੱਸਿਆ ਮੈਨੂੰ ਅੱਛਾ ਮਤਲਬ ਸਿੱਧੇ ਹੀ ਜਾਣਾ ਅੱਗੋਂ ਲੈਫਟ ਹੋਣਾ ਹਾਂ ਸਿੱਧੇ ਜਾ ਮੇਰਾ ਪੁੱਤਰ ਜ਼ਿੰਦਗੀ 'ਚ ਵੀ ਤੇ ਹੁਣ ਵੀ ਚਲੋ ਮਿਹਰਬਾਨੀ ਕੋਈ ਨਹੀਂ ਤੇਰੀ ਮਿਹਰਬਾਨੀ ਚੱਲਾਂ ਤੂੰ ਸਾਡੀ ਜਾਨ ਤੇ ਯਾਰ ਚਲੋ ਕਰਦੇ ਹਾਂ ਕੋਈ ਹੱਲ ਇਹਦਾ ਹੁਣ ਇਹਦਾ ਕਿਸ਼ਤ ਕੁਸ਼ਤੀ ਹੋਣੀ ਹੈ ਉੱਦਾਂ ਨਹੀਂ ਕੋਈ ਮਾਮਲਾ ਸਮਝ 'ਚ ਆ ਰਿਹਾ ਇੰਨੀ ਬਿੱਲ ਬਹੁਤਾ ਵਾ ਅੱਧਾ ਪਾੜ ਦਿਓ ਉਹ ਬਰਲ ਠੀਕ ਆ ਯਾਰ ਇੱਥੇ ਅੱਗੇ ਬੰਦਾ ਇੱਕ ਟੱਕਰ ਗਿਆ ਬਿੱਜ ਜੀ ਉਹਨੇ ਮੇਰਾ ਦਿਮਾਗ ਖਰਾਬ ਕਰਤਾ ਜੀ ਅਦੇ ਕਿਤੇ ਫਿਰੀ ਤੁਰੀ ਦਾ ਨਹੀਂ ਇੰਜੋਏ ਨਹੀਂ ਕਰੀਦਾ ਯਾਰ ਇੰਨਾ ਦਿਲ ਹੋ ਰਿਹਾ ਵਾ ਪੂਲ 'ਤੇ ਜਾਣ ਨੂੰ ਪੈਸੇ ਨਹੀਂ ਹੈ ਟਿਕਟ 250 ਦਿਰਮ ਦੀ ਹੈ ਘਰ ਹੀ ਨਹਾ ਨਹੂ ਲਈਦਾ ਸੀ ਟੱਪ 'ਚ ਪਾਣੀ ਜੋੜ ਕੇ ਆ ਉੱਥੇ ਲੋਕ ਸਮਝਦੇ ਨੇ ਪਤਾ ਨਹੀਂ ਕੀ ਹੈ ਉੱਥੇ ਪ੍ਰਦੇਸ਼ ਬੰਦੇ ਕੋਲ ਮਾਲ ਹੀ ਮਾਲ ਹੈ ਮਾਲ ਹੀ ਮਾਲ ਹੈ ਪਰ ਉਹਨਾਂ ਨੂੰ ਪਤਾ ਹੀ ਨਹੀਂ ਹੈ ਕੀ ਦੁਨੀਆਦਾਰੀ ਸਾਨੂੰ ਮਾਫ਼ੀ ਦੇ ਦਿਓ ਮੈਂ ਕਰਾਂਗਾ ਜਦੋਂ ਕੋ ਮਾਮਲਾ ਠੀਕ ਹੋਣਗੇ ਲਿਆਦਾ ਇਸ ਟਾਈਮ ਕੁਛ ਨਹੀਂ ਹੈਗਾ ਮੈਂ ਕੀ ਤੁਹਾਨੂੰ ਦੱਸਾਂ ਯਾਰ ਤਾਂ ਮੈਂ ਕਿੱਦਾਂ ਕਰਾਂ ਇਹ ਚੀਜ਼ਾਂ ਸਾਰੀਆਂ ਮਸਲਾ ਮੁੱਕਿਆ ਨਹੀਂ ਯਾਰ ਤੇਰਾ ਮੁੱਕਿਆ ਕਿ ਨਹੀਂ ਤੂੰ ਦੱਸ ਤੈਨੂੰ ਭੇਜਿਆ ਸੀ ਹੁਣੀ ਆਉਣ ਨੂੰ ਯਾਰ ਉਹ ਅੱਗੇ ਮੋੜ ਹੀ ਨਹੀਂ ਹੈਗਾ ਕੋਈ ਸਿੱਧੀ ਸੜਕ ਜਾਈ ਜਾ ਰਹੀ ਹੈ ਮੈਂ ਕਿੰਨਾ ਤੁਰ ਕੇ ਆ ਗਿਆ ਵਾਪਸ ਯਾਰ ਤੂੰ ਨਹੀਂ ਜਦੋਂ ਮੁੜਦਾ ਤਾਂ ਮੋੜ ਕਿੱਥੋਂ ਆ ਜਾਏ ਯਾਰ ਤੂੰ ਨਹੀਂ ਉਦੋਂ ਦਾ ਮੁੜ ਰਿਹਾ ਸਾਡੇ ਮਗਰੋਂ ਮਸਲਾ ਕੀ ਆਪਣੇ ਹੀ ਮਾਮਲਾ ਤਾਂ ਜਾਂ ਤੂੰ ਵਿੱਚ ਲੈਦਾ ਹੀ ਵੀ ਆ ਗਿਆ ਯਾਰ ਤੂੰ ਕਿਤੇ ਆਪਣੇ ਇਲਾਕੇ 'ਚ ਫਿਰ ਜਿਹੜੇ ਤੈਨੂੰ ਪਤਾ ਮੋੜ ਛੋੜ ਯਾਰ ਮਸਲਾ ਭਾਈ ਕੀ 1 ਮਿੰਟ ਆ ਕੀ ਮਤਲਬ ਲੱਗੀ ਕਮੇਟੀ ਪਾਈ ਆ ਮੇਰੇ ਨਾਲ ਇੰਜ ਮੋਢੇ ਤੇ ਮੋਢਾ ਮਤਲਬ ਥੋੜ੍ਹਾ ਇੱਥੇ ਰਹਿ ਯਾਰ ਯਾਰ ਅੱਗੇ ਨਹੀਂ ਮੋੜ ਹੀ ਨਹੀਂ ਹੈਗਾ ਕੋਈ ਯਾਰ ਤੂੰ ਇੱਧਰ ਨੂੰ ਵਾਪਸ ਚੱਲ ਜਾ ਫਿਰ ਤੁਸੀਂ ਲਾਹੌਰੋਂ ਤੇ ਨਹੀਂ ਕਿਤੋਂ ਲਾਹੌਰੋਂ ਓਏ ਲਾਹੌਰ ਵਾਲੇ ਗਲਤ ਰਸਤਾ ਦੱਸਦੇ ਨਾ ਤੇਰੀ ਮਿਹਰਬਾਨੀ ਹੈ ਯਾਰ ਤੂੰ ਕਿਉਂ ਮੇਰੇ ਸਿਰੋਂ ਆ ਇੱਥੇ ਬਿੱਲ ਆ ਗਿਆ 85,000 ਰੁਪਇਆ ਸਾਡੇ ਘਰ ਦਾ ਤੇ ਤੂੰ ਆਪਣਾ ਇੱਡੀ ਓਏ ਕਰਨ ਦੇ ਆ ਵੀ ਚਿੱਕਾ ਮਾਰਤਾ ਮੈਂ ਤੈਨੂੰ ਦੱਸ ਦਿਆਂ ਏਸੀ ਕਿਹੜਾ ਇਨਵਰਟਰ ਲੱਗਾ ਆਪਣੇ ਵੱਲ ਓਏ ਇਨਵਰਟਰ ਕਹਿੰਦੇ ਘੱਟ ਯੂਨਿਟ 'ਤੇ ਚੱਲਦਾ ਉਹ ਲਵਾ ਲਓ ਨਾ ਯਾਰ ਉਹ ਸਾਰਾ ਕੁਛ ਆ ਯਾਰ ਅੱਲਾਹ ਦਾ ਸ਼ੁਕਰ ਹੈ ਪਰ ਬਿੱਲ ਨਹੀਂ ਹੈਗਾ ਹੁਣ ਏਸੀ 5-5 ਨੇ 85,000 ਰੁਪਇਆ ਹਾਂਜੀ ਚਲੋ ਕਰ ਲੈਂਦੇ ਆਪਾਂ ਕੋਈ ਨਹੀਂ ਤੂੰ ਕੀ ਮਤਲਬ ਕਰ ਲੈਣਾ ਯਾਰ ਤੂੰ ਮਤਲਬ ਕੀ ਕਰ ਲੈਣਾ ਤੈਨੂੰ ਮੋੜ ਲੱਭਣ ਨਹੀਂ ਦਿਆ ਤੇ ਤੂੰ ਕਰ ਲੈਣਾ
ਭਾਅ ਨੇ ਮੈਨੂੰ ਥੋੜ੍ਹਾ ਜਿਹਾ ਸਹੀ ਸਮਝਾਓਗੇ ਨਾ ਤਾਂ ਮੈਂ ਮਤਲਬ ਮੈਂ ਐਡਾ ਮਾਠਾ ਨਹੀਂ ਹੈਗਾ ਜ਼ੇਨ ਵੱਲੋਂ ਕਿ ਮੈਂ ਮੈਨੂੰ ਰਸਤਾ ਤੁਸੀਂ ਸਹੀ ਸਮਝਾਓ ਤਾਂ ਮੈਂ ਉੱਥੇ ਪਹੁੰਚਾ ਨਾ। ਮੈਨੂੰ ਪਿੱਛੋਂ ਬੰਦੇ ਨੇ ਦੱਸਿਆ ਕਿ ਯਾਰ 2 ਮਿੰਟ ਦਾ ਰਸਤਾ ਵਾ ਤੁਸੀਂ। ਉਹਨੇ ਤੇਰੇ ਕੋਲ ਸਿਰਫ ਜਾਨ ਛਡਾਈ ਹੈ 2 ਮਿੰਟ 'ਚ ਬੇਟੇ, ਤੂੰ ਐਸਾ ਚਿੰਬੜਿਆ ਮੇਰੇ ਕੋਲ ਨਹੀਂ ਤੇਰੇ ਜਾਨ ਛਡਾਈ ਜਾ ਰਹੀ। ਕੀ ਸਮਝਾਵਾਂ ਤੈਨੂੰ, ਮੈਥ ਟੀਚਰ ਹਾਂ ਤੇਰਾ ਮੈਂ, ਪੂਰਾ ਸਮਝਾਵਾਂ ਤੈਨੂੰ। ਭਾਅ ਨੇ ਸਤਵਾ ਜਿਹੜਾ ਸਿੱਧਾ ਸਟ੍ਰੇਟ ਵੇ ਹੈਗਾ ਉਹ ਕਿੱਧਰ ਆ ਯਾਰ? ਤੈਨੂੰ ਕਿਹਨੇ ਦੇ ਦਿੱਤਾ ਵਿਦੜ ਵੀਜ਼ਾ ਤੇ ਤੂੰ ਆ ਗਿਆ ਫਿਰਨ ਯਾਰ? ਤੂੰ ਕੋਈ ਖਿਆਲ ਕਰ ਯਾਰ, ਕੁਛ ਆਂਗਾ ਮਾਂਗਾ ਜਾਂਦਾ ਤੂੰ? ਨਹੀਂ ਭੈਣ, ਮੈਂ ਨੌਕਰੀ ਵੀ ਲੱਭ ਰਿਹਾ, ਕੋਈ ਹੈ ਕੋਈ ਮਾਮਲਾ ਯਾਰ? ਥੋੜ੍ਹਾ ਪਰੇ ਤੇ ਰਹਿ ਤੂੰ, ਕੀ ਨੌਕਰੀ ਕਿਤੇ ਡਿੱਗੀ ਹੈ ਤੇਰੀ? ਫਿਰੀ ਜਾ ਰਹੇ ਆ ਸੜਕਾਂ ਤੇ ਤੂੰ? ਇੱਦਾਂ ਹੀ ਹੈ ਨਾ, ਸੀਵੀਆਂ ਸੁਵੀਆਂ ਦੇ ਕੇ ਕੰਮ ਬਣਦਾ ਮੈਂ ਸੁਣਿਆ। ਤੂੰ ਕਿਤੇ ਸੀਵੇ ਦੇ, ਸੀਵੇ ਕਿਤੇ 40 ਦਿਨ ਬਹਿ ਕੇ ਸੀਵੀਆਂ ਨਾ ਦੇ, ਸਾਡੀ ਜਾਨ ਛੱਡ ਦੇ ਯਾਰ, ਜਾ ਅੱਗੇ ਹੋ ਜਾ ਸਿੱਧਾ ਹੀ। ਉਹ ਭਾਈ ਹੈ ਤਾਂ ਸਿੱਧਾ ਹੀ ਹੈ ਨਾ ਮਤਲਬ। ਯਾਰ ਤੂੰ ਇੱਕ ਵਾਰੀ ਜਿੱਥੋਂ ਆਇਆ ਸੀ ਨਾ ਉੱਥੋਂ ਆ, ਤੂੰ ਦੁਬਾਰਾ ਪੁੱਛ ਮੇਰੇ, 5 ਮਿੰਟ ਤਾਂ ਲੰਘਣ ਜਾ ਪਿੱਛੋਂ। ਹਾਂ ਜਿੱਥੋਂ ਪਹਿਲੇ ਤੈਨੂੰ ਦੱਸਿਆ ਨਾ ਉੱਥੋਂ ਪੁੱਛ ਕੇ ਆ, 5 ਮਿੰਟ ਤਾਂ ਲੰਘਣ ਮੇਰੇ। ਕੋਈ ਨਹੀਂ ਯਾਰ, ਕਰਦੇ ਹਾਂ ਉਹਨੂੰ ਫਿਰ, ਕਰਦੇ ਹਾਂ ਕਿਤੋਂ ਦਿਨਾਂ 'ਚ ਕਰਦੇ ਹਾਂ, ਫਿਰ ਕੋਈ ਹਿਸਾਬ ਕਿਤਾਬ ਲਾ ਕੇ ਤੁਹਾਨੂੰ ਦਾ। ਯਾਰ ਤੂੰ ਕਿਹੜੀ ਕੌਮ ਨਾਲ ਤੱਲਗਾ ਤੇਰਾ ਭਾਈ? ਯਾਰ ਮੈਂ ਪਿੱਛੇ ਗਿਆ, ਉਹ ਕਹਿੰਦੇ ਇੱਧਰ ਹੀ ਸਿੱਧਾ ਜਾਣਾ। ਯਾਰ ਤੁਸੀਂ ਭਾਵੇਂ ਇੱਦਾਂ ਜ਼ਿਆਦਤੀ ਨਾ ਕਰੋ, ਪਾਕਿਸਤਾਨੀ ਆਪਣੇ ਭਰਾ ਹੋ ਤੁਸੀਂ ਯਾਰ, ਮੈਂ ਲਿਹਾਜ਼ ਕਰਨ ਡਿਆ ਤੁਹਾਡਾ। ਕੀ ਤੇਰੀ ਮੌਲਾ ਜੱਟ ਆਈ ਆ, ਤੂੰ ਕਰ ਲਾ ਲਿਹਾਜ਼ ਮੇਰਾ ਯਾਰ, ਕੀ ਕਿੱਥੇ ਕਬਾੜਾ ਤੇਰਾ? ਭਾਵੇਂ ਸਹੀ ਤਰ੍ਹਾਂ ਰਸਤਾ ਦੱਸੋ, ਸਹੀ ਦੱਸਿਆ ਤੈਨੂੰ ਵਧੂ ਕਰਕੇ ਦੱਸਾਂ ਹੁਣ ਮੈਂ ਯਾਰ, ਕੀ ਆ ਤੂੰ ਸਿੱਧਾ? ਤੁਸੀਂ ਕਿਹਾ ਖੱਬੇ ਮੁੜਨਾ, ਅੱਗੇ ਮੋੜ ਹੀ ਕੋਈ ਨਹੀਂ ਹੈਗਾ ਯਾਰ। ਦੱਸ ਯਾਰ ਤੈਨੂੰ ਹਾਈ ਸਾਹਿਬ ਕੋਲੋਂ ਰਸਤਾ ਪੁਛਵਾਈਏ ਵੀ ਤੈਨੂੰ ਯਕੀਨ ਆ ਜੇ। ਅਜੀਬ ਗੱਲ ਕਰਦਾ ਯਾਰ ਤੂੰ, ਚੱਲ ਜਾ, ਤੇਰੀ ਮਿਹਰਬਾਨੀ, ਆ ਜੂ ਕਿਤੇ ਮੋੜ ਆ ਗਿਆ ਮੁੜ ਜੀ, ਤੇਰੀ ਮਿਹਰਬਾਨੀ, ਜਾ ਯਾਰ ਸਿੱਧੇ ਹੀ ਜਾਣਾ। ਯਾਰ ਤੇਰੀ ਮਿਹਰਬਾਨੀ, ਸਿੱਧੇ ਚੱਲ ਜਾ ਯਾਰ। ਕਿਸ਼ਤਾਂ ਕਰਾ ਦਿਆਂ ਬਿੱਲ ਦੀਆਂ? ਓਏ ਤੂੰ ਕਿਸ ਤਰ੍ਹਾਂ ਕਰਾ ਦੇਗਾ, ਚੱਲ ਜਾ ਤੂੰ। ਬੰਦਾ ਹੈ ਵਾਬਡਾ ਚ ਉੱਥੇ ਆਪਣਾ, ਤੁਸੀਂ ਗੱਲ ਸ਼ੇਅਰ ਤੇ ਕਰੋ ਬੇਟੇ। ਉਹਨੂੰ ਬੰਨਿਆ ਹੋਣਾ ਵਾ ਜਿਹੜਾ ਤੁਹਾਡਾ ਬੰਦਾ ਨਾ, ਉਹ ਬੰਨਿਆ ਹੋਣਾ ਵਾਬਡਾ ਚ, ਉੱਦਾਂ ਕੋਈ ਨਹੀਂ ਹੋਣਾ ਤੇਰੀਆਂ ਜੋ ਰੱਖਦਾ। ਉਹ ਮੈਂ ਕਰਦਾ ਯਾਰ, ਇਹਦੇ ਤੋਂ ਜਾਨ ਛਡਾ ਲਵਾਂ ਯਾਰ। ਕਰਦੇ ਕਰਦੇ 2 ਮਿੰਟ ਬਾਅਦ ਆ ਰਸਤਾ ਦੱਸ। ਯਾਰ ਕੀ ਮਤਲਬ, ਐਵੇਂ ਵਿੱਚ ਤੂੰ ਮਾਰੀ ਜਾ ਰਹੇ ਆ ਭਾਈ, ਤੇਰਾ ਕੋਈ ਲੈਣ ਨਾ ਦੇਣ ਕਿਹੜੇ? ਤੂੰ ਸ਼ਹਿਰ ਤੋਂ ਆ, ਮੈਂ ਫੈਸਲਾਬਾਦ ਤੋਂ ਆ, ਤੂੰ ਲਾਹੌਰ ਤੋਂ ਆ। ਫੈਸਲਾਬਾਦ ਤੋਂ? ਮੈਂ ਵੀ ਫੈਸਲਾਬਾਦ ਤੋਂ ਹੀ ਆ। ਮੈਂ ਉੱਥੋਂ ਹੈ ਹੀ ਨਹੀਂ, ਮੈਂ ਸਕਰਦੂ ਤੋਂ ਆ, ਜੇ ਤੂੰ ਫੈਸਲਾਬਾਦ ਦਾ ਤਾਂ ਮੈਂ ਸਕਰਦੂ ਤੋਂ ਆ। ਇਹ ਵੈਸੇ ਗੱਲ ਮਾੜੀ ਹੈ, ਬਾਹਰ ਦੂਜੇ ਮੁਲਕ 'ਚ ਅਸੀਂ ਖੜੇ ਹਾਂ, ਇੱਥੇ ਬੰਦਾ ਆਪਣੇ ਸ਼ਹਿਰ ਦਾ ਵੀ, ਹੁਣ ਤੁਸੀਂ ਫੈਸਲਾਬਾਦ ਦੇ, ਹੁਣ ਤੁਸੀਂ ਮੰਨਣਾ ਨਹੀਂ ਦੇ। ਉਹ ਤੇਰਾ ਪਹਿਲਾ ਮੁਲਕ ਵੀ ਨਹੀਂ ਹੋਣਾ, ਤੂੰ ਇਹਨੂੰ ਦੂਜਾ ਕਹੀ ਜਾਂਦਾ ਜੋ ਤੇਰੀਆਂ ਰੱਖਦਾ। ਤੇਰਾ ਹਜੇ ਸ਼ਨਾਖਤੀ ਕਾਰਡ ਵੀ ਨਹੀਂ ਲਿਖਿਆ ਹੋਣਾ ਪਾਕਿਸਤਾਨੀ। ਸੀਵੀ ਭਾਈ ਨੂੰ ਵਟਸਐਪ ਕਰ। ਯਾਰ 1 ਮਿੰਟ, ਤੂੰ ਮੋਢੇ 'ਤੇ ਇੰਝ ਮਤਲਬ ਹੱਥ ਰੱਖ ਰਿਹਾ ਵੀ ਕੀ ਚਣਿਆਂ ਦੀ ਬਾਲਟੀ ਹੈ ਤੇਰੇ ਕੋਲ, ਅੱਗੇ ਸ਼ੇਅਰ ਕਰ ਦੇਣਾ। ਯਾਰ ਤੇਰੀ ਮਿਹਰਬਾਨੀ, ਤੂੰ ਕੋਈ ਮਿਸਰਾ ਕਰ ਲਾ, ਸ਼ੇਅਰ ਨਾ ਕਰ, ਤੇਰੀ ਮਿਹਰਬਾਨੀ, ਚੱਲ ਜਾ। ਹਾਂਜੀ ਉਹ ਯਾਰ 1 ਮਿੰਟ ਭਾਈ, ਏਸੀ ਤੁਸੀਂ ਚਲਾਇਆ ਵਾ ਤੇ ਆਊਟਡੋਰ ਮੇਰੇ ਸਿਰ ਹੋਇਆ ਪਿਆ। ਭਾਵੇਂ ਅੱਗੇ ਲੈਫਟ ਕੋਈ ਨਹੀਂ ਹੈਗਾ, ਰਾਈਟ ਆ, ਠੀਕ ਆ। ਤੂੰ ਕੋਈ ਪੀਰੀ ਮਰੀਦੀ 'ਚ ਹੈਗਾ? ਨਹੀਂ। ਤੈਨੂੰ ਕਿੱਥੇ ਪੀਰ ਦਾ ਵੀ ਵਾਸਤਾ ਨਹੀਂ ਦੇ ਸਕਦੇ, ਅੱਗੇ ਜਾ ਉੱਥੋਂ ਬੱਸ ਫੜ, ਤੇਰੀ ਮਿਹਰਬਾਨੀ, 2-3 ਰਸ ਫੜ, ਨਾਸ਼ਤਾ ਵੀ ਕਰ ਤੇ ਜਾ। ਉਹ ਬੱਸ ਸਟਾਪ ਹੈਗਾ ਇੱਕ, ਮੈਂ ਦੇਖਿਆ ਉੱਧਰ। ਤੇਰੀ ਮਿਹਰਬਾਨੀ, ਉੱਥੋਂ ਓਏ। ਹਾਂ ਉਹ ਬੱਸ ਸਟਾਪ ਹੀ ਆ ਯਾਰ, ਮਿਹਰਬਾਨੀ, ਤੂੰ ਕਿਤੇ ਦੇਖ ਨਾ ਲੈ ਜਾਈ ਉਹ ਸਮਝਦਾਰ ਸਮਝ ਕੇ। ਉਹ ਯਾਰ ਕਰਦੇ ਹਾਂ ਬਾਈ, 1 ਮਿੰਟ ਠਹਿਰ ਜਾਓ ਬਸ, ਇੱਕ ਟੱਕਰ ਗਿਆ ਮੈਨੂੰ ਬੁਰਸ਼ ਮੂਹਾਂ, ਉਹ ਆ ਗਿਆ ਕਿਤੇ ਪਹਿਲੇ ਦਿਨ, ਸਾਡੀ ਮਾੜੀ ਕਿਸਮਤ, ਸਾਡਾ ਆਖਰੀ ਦਿਨ ਕਰ ਦੇਣਾ ਉਹਨੇ। ਓਕੇ ਠੀਕ ਹੈ, ਦੱਸਾਂਗਾ ਮੈਂ ਤੁਹਾਨੂੰ ਕੱਲ੍ਹ ਪਰਸੋਂ 'ਚ। ਕੋਈ ਨਹੀਂ, ਆਪਾਂ ਵੀ ਬੈਂਕ ਨੂੰ 85,000 ਦੀ ਭਾਅ ਨਹੀਂ ਦੇ ਦੇਣੀ, ਉਹ ਵੀ ਬੈਠਾ ਰਹੇ ਸ਼ਾਮ ਤੱਕ, ਉਹਨੂੰ ਵੀ ਬਿੱਲ ਆ ਜੇ ਨੋਟ ਗਿਣਨੇ, ਇਹਨੇ 100-100 ਵਾਲੇ ਨੋਟ ਨਹੀਂ ਦੇਣੇ ਬਿੱਲ 'ਚ। ਉਹ ਬਿੱਲ ਤਰਜੂ ਭਾਈ, ਨਹਿਰ 'ਚ ਤਾਰ ਦਿਓ ਜਾਂ ਦਰਿਆ। ਯਾਰ ਮੈਂ 1 ਮਿੰਟ ਫੋਨ ਕੱਢੋ, ਆ ਬੰਦਾ ਇੱਕ ਛੱਡ ਆਵਾਂ ਇਹਦਾ, ਅੱਜ ਪਹਿਲਾਂ ਦਿਨ। ਕੀ ਚਾਹੁੰਦਾ ਤੂੰ ਯਾਰ? ਬੱਸ ਨੰਬਰ ਤਾਂ ਦੱਸੋ, ਬੱਸ ਕਿਹੜੀ? ਬੱਸ ਨੰਬਰ ਦੱਸੀ, ਉੱਥੇ ਕਿੰਨੀਆਂ ਲਿਖੀਆਂ, C1, C2?
X11 ਕਿੰਨੀਆਂ ਲਿਖੀਆਂ ਹੋਈਆਂ ਉੱਥੇ? ਓਏ ਤੇਰੇ ਨਾਮ ਦਾ ਐਂਡ ਤੂੰ ਤੇ ਨਹੀਂ ਲਿਖਿਆ, ਤੈਨੂੰ ਕੋਈ ਗੱਲ ਹੀ ਸਮਝ ਨਹੀਂ ਆ ਰਹੀ ਮੇਰੀ ਯਾਰ, ਤੂੰ ਲੈਦਾ ਦਿਲ ਵਾਲੇ ਦੁਲਨੀਆਂ ਹੋਇਆ ਮੇਰੇ ਨਾਲ। ਭੈਣ ਕਿਸ਼ਤਾਂ ਚਾਰ ਹੋ ਜਾਣਗੀਆਂ, ਮੇਰਾ ਬੰਦਾ ਹੈਗਾ ਵਾਕਫ ਫੈਸਲਾਬਾਦ ਦੇ ਵਿੱਚ, ਤੁਸੀਂ ਗੱਲ ਖੁੱਲ੍ਹ ਕੇ ਤਾਂ ਕਰੋ ਯਾਰ। ਮੈਂ ਨਗਦ ਬਿੱਲ ਕਰਾ ਦੂੰ, ਤੇਰੇ ਨਹੀਂ ਮੱਥੇ ਲੱਗਣਾ ਵੇ ਸਾਡੇ ਵੱਲ ਵੇਲ ਸੀਵੀ ਕਰਾਂ ਭਰਾ। ਓ ਭਾਈ ਕੀ ਸੀਵੀ ਤੇ ਕੀ ਹੈ ਤੇਰੀ ਤੇ, ਬੇਮੌਸਮੇ ਫਲ ਲਿਖੇ ਔਰ ਜਦੋਂ ਗਲਾ ਭਾਤਾ ਮੇਰਾ। ਬੰਦੇ ਬੰਦੇ ਦਾ ਦਾਰੂ ਹੈ ਨਾ ਯਾਰ। ਓਏ ਤੂੰ ਦਾਰੂ ਨਹੀਂ ਹੈਗਾ, ਤੂੰ ਹੋਰ ਹੀ ਮਸ਼ਰੂਬ ਆ। ਲੈ ਬੰਦਾ ਬੰਦੇ ਦਾ ਦਾਰੂ, ਤੂੰ ਤੇ ਬੇਟੇ ਤਾਰੂ ਸਾਨੂੰ, ਚੱਲ ਜਾ ਤੂੰ, ਤੇਰੀ ਮਿਹਰਬਾਨੀ ਯਾਰ। ਭਾਈ ਨੇ ਤੁਸੀਂ, ਤੁਹਾਨੂੰ ਕਿੰਨੇ ਸਾਲ ਹੋ ਗਏ ਦੁਬਈ, ਮੈਨੂੰ ਇੰਨਾ ਦੱਸ। ਮੈਨੂੰ ਕੀ ਬਰਸੀ ਰੱਖਣੀ ਮੇਰੀ ਤੂੰ? ਲੈ ਕਿੰਨੇ ਸਾਲ ਹੋ ਗਏ ਯਾਰ ਕਰੀਦਾ ਫੈਸਲਾਬਾਦ ਦੇ, ਤੁਸੀਂ ਕਿਤੇ ਕਿਰਾਇਆ ਵਧਾਣਾ ਮੇਰਾ। ਮਦੀਨਾ ਟਾਊਨ ਉਹ ਠੀਕ ਆ, ਉਹਨੂੰ ਕਿਤੇ ਫੁੱਲ ਪਾ ਦਈਏ ਤੇਰੇ ਮਦੀਨਾ ਟਾਊਨ ਨਾਲ। ਸੂਸਾ ਰੋਡ ਦੇਖਿਆ ਹੋਣਾ ਭਾਈ? ਮੈਂ ਨਹੀਂ ਵੇਖਿਆ ਯਾਰ, ਮੈਂ ਤੈਨੂੰ ਵੀ ਨਹੀਂ ਵੇਖਿਆ ਕਦੀ ਉੱਥੇ, ਤੇਰੀ ਮਿਹਰਬਾਨੀ। ਤੂੰ ਇੱਥੇ ਪਤਾ ਨਹੀਂ ਮਦੀਨਾ, ਉਹ ਕੁਲਫੀਆਂ ਸ਼ੁਲਫੀਆਂ ਇਹ ਉਹ ਸਾਰਾ ਕੁਛ ਕੀ? ਉਹ ਨਹੀਂ ਚੱਲ ਜਾ, ਕੈਸਾ ਤੂੰ ਬੇਟੇ। ਇਕਬਾਲ ਸਟੇਡੀਅਮ ਗਏ? ਇਕਬਾਲ ਸਟੇਡੀਅਮ, ਓਏ ਮੇਰੀ ਗੱਲ ਸੁਣ ਲਾ, ਬਗਲ 'ਚ ਪਾਨ ਰੱਖਿਆ ਹੁੰਦਾ ਸੀ, ਤੂੰ ਮੇਰੇ ਮਗਰੋਂ ਲੈ ਜਾ ਯਾਰ। ਸੈਫੀ ਪਾਨਾ ਵਾਲਾ ਸੂਸਾ ਰੋਡ 'ਤੇ, ਸੈਫੀ ਪਾਨਾ ਵਾਲਾ ਭਾਈ ਹੈਗਾ ਆਪਣਾ, ਜੈਨੂਅਨ ਭਾਈ ਹੈ। ਮਿਹਰਬਾਨੀ ਯਾਰ, ਚੱਲ ਜਾ, ਤੇਰੀ ਮਿਹਰਬਾਨੀ ਆ, ਤੂੰ ਮੇਰੇ ਕੱਲ੍ਹ ਹੀ ਸਿਰ ਹੋ ਗਿਆ ਓਏ ਬਜ਼ੁਰਗਾਂ ਦੇ ਝੂਲੇ, ਚੱਲ ਜਾ ਤੇਰੀ ਮਿਹਰਬਾਨੀ। ਮੇਰੀ ਗੱਲ ਸੁਣੋ ਇੱਕ ਮਿੰਟ, ਫੋਨ ਆ ਬਾਜੀ, ਫੋਨ ਬੰਦ ਕਰ, ਬੰਦ ਹੀ ਆ ਕਿਤੇ ਵੀ ਜਲੂਸ 'ਚ ਲਾਈ ਆਇਆ ਮੈਂ। ਤੁਸੀਂ ਮੈਨੂੰ ਛੱਡ ਕੇ ਆਓ, ਤੈਨੂੰ ਮੈਂ ਤੈਨੂੰ ਤੈਨੂੰ ਘਰ ਲਿਆ ਨਾ, ਮਸੀਂ ਛੱਡਿਆ ਤੇ ਤੂੰ ਸਾਡੇ ਸਿਰ ਹੋ ਗਿਆ ਹੁਣ। ਫੈਸਲਾਬਾਦ ਨਹੀਂ, ਨਹੀਂ ਸਕਰਦੂ ਤੋਂ ਆ ਮੈਂ, ਮੈਨੂੰ ਪਤਾ ਹੀ ਨਹੀਂ ਸ਼ਹਿਰਦਾਰੀ ਕੀ ਆ, ਤੂੰ ਪਾਕਿਸਤਾਨੀ ਲੱਗ ਨਹੀਂ ਰਿਹਾ, ਤੂੰ ਮੈਨੂੰ ਨਾਈਜੀਰੀਅਨ ਲੱਗ ਰਿਹਾ। ਘੰਟਾ ਘਰ ਪੌਣਾ ਘੰਟਾ ਘਰ ਵੀ ਤੇਰਾ ਹੀ ਹੋਊਗਾ, ਤੂੰ ਚੱਲ ਜਾ, ਤੇਰੀ ਮਿਹਰਬਾਨੀ ਯਾਰ, ਸਾਡੇ ਹੱਥਾਂ ਲਵੇ ਲੈ ਜਾ। A few moments later. ਅੱਛਾ ਹੋ ਜਾਏਗੀ ਭਾਈ, ਹੁਣ ਜਦੋਂ ਕਹਿਤਾ ਫਿਰ ਕਰਦੇ, ਇੱਕ ਅੱਧੇ ਦਿਨ 'ਚ ਦਿਓ ਨਾ ਟਾਈਮ, ਅਤੇ ਹੋ ਜਾਏਗੀ ਅਰਸ਼ਾ, ਕੋਈ ਮਸਲਾ ਨਹੀਂ ਹੈਗਾ। ਭਾਈ ਨੇ ਯਾਰ ਕੀ ਗਲਤ ਤੁਸੀਂ ਰਸਤਾ, ਕੀ ਮਸਲਾ ਭਾਈ ਨੇ? ਪਾਕਿਸਤਾਨ ਤੋਂ? ਜੀ ਜੀ, ਬਿਸਮਿਲ੍ਲਾ ਕਰੀਓ, ਸੁਣਿਓ ਸ਼ਹਿਜ਼ਾਦਾ ਵੀਰ ਮੇਰਾ, ਕਹਿੰਦਾ ਮਸਾਂ ਕੋ ਬੰਦਾ ਮਿਲਿਆ ਪਾਕਿਸਤਾਨੀ ਭਰਾ। ਭਾਈ ਨੇ ਮੈਨੂੰ ਨਾ ਆਹ ਬੰਦੇ ਨੇ ਐਡਰੈਸ ਦੋ ਵਾਰੀ ਤਿੰਨ ਵਾਰੀ ਗਲਤ ਦੱਸਿਆ, ਮੈਂ ਅੱਗੋਂ ਚੱਕਰ ਲਾ ਲਾ ਕੇ ਘੁੰਮ ਘੁੰਮ ਕੇ ਆ ਰਿਹਾ। ਦੱਸੋ ਸਾਨੂੰ ਕਿੱਥੇ ਜਾਣਾ ਤੁਸੀਂ ਬਿਸਮਿਲ੍ਲਾ? ਭਾਈ ਨੇ ਮੈਂ ਸੱਤਵਾਂ ਜਾਣਾ ਵਾ ਯਾਰ, ਇਹ ਬੰਦੇ ਨੇ ਮੈਨੂੰ ਗਲਤ ਰਸਤਾ ਦੱਸ ਦੱਸ ਕੇ ਨਾ ਚਾਰ ਮੇਰੇ ਚੱਕਰ ਲਵਾ ਤੇ, ਆਪਣੇ ਬਿੱਲ ਦੀ ਟੈਨਸ਼ਨ ਪਈ ਆ। ਇਹ ਲਾਹੌਰ ਦਾ ਹੋਣਾ, ਪਤਾ ਨਹੀਂ ਕਿੱਥੋਂ ਦਾ ਲਾਹੌਰੀ ਹੈ, ਜਿਹੜੇ ਬੜੇ ਗਲਤ ਰਸਤੇ ਪਾ ਦਿੰਦੇ ਨੇ। ਹਾਂਜੀ, ਤੁਸੀਂ ਟੈਨਸ਼ਨ ਕਿਉਂ ਲੈਂਦੇ? ਮੈਂ ਸੱਤਵਾਂ ਜਾਣਾ, ਗਲਤ ਰਸਤੇ ਨੂੰ ਨਸ਼ੇ ਤੇ ਲਾਤਾ ਮੈਂ ਭਾਈ। ਸ਼ਕਲ ਨੂੰ ਜਿਹੜਾ ਨਾ ਮਨੂਸ ਲੱਗ ਰਿਹਾ ਹੈ ਵੀ ਸਿਰਫ ਲੱਗ ਨਹੀਂ ਰਿਹਾ, ਹੈ ਵੀ ਆ। ਮੈਨੂੰ ਚਾਰ ਦਫਾ ਇਹਨੇ ਪੁੱਠਾ ਰਸਤਾ ਪਵਾਇਆ। ਤੂੰ ਸਿੱਧਾ ਹੋਣਾ, ਠੀਕ ਹੈ, ਸੱਜੇ ਪਾਸੇ ਹੋਣਾ। ਓਕੇ, ਮੈਟਰੋ ਕਾਰਡ ਲਓ ਨਾ ਤੁਸੀਂ, ਬਿਸਮਿਲ੍ਲਾ ਕਰੋ। ਅੱਛਾ, 20 ਦਿਰਮ, ਠੀਕ ਹੈ। ਓ ਵਾਹ, 5 ਦਿਰਮ ਦਾ ਕਾਰਡ ਲੱਗਣਾ, ਹਾਂ, ਬਾਕੀ ਤੁਸੀਂ ਯਾਸ਼ੀ ਮਾਰਿਓ, ਠੀਕ ਹੈ। ਕਿਆ ਵਾਹ, ਤੁਸੀਂ ਬਿਸਮਿਲ੍ਲਾ ਕਰੋ। ਨਹੀਂ ਭਾਈ, ਮੈਨੂੰ ਨੰਬਰ ਦੇ ਦੇਣਾ, ਮੈਂ ਤੁਹਾਨੂੰ ਵਾਪਸ ਕਰਾਂਗਾ ਯਾਰ। ਪਹਿਲੀ ਵਾਰ ਤੁਸੀਂ ਆਏ ਹੋ, ਬਿਸਮਿਲ੍ਲਾ ਕਰੀਏ ਅਸੀਂ ਪਾਕਿਸਤਾਨ। ਚੈੱਕ ਤੇ ਕਰ ਲੈ, ਭਾਵੇਂ ਦਸਵਾਂ ਕਾਰਡ ਹੋਵੇ ਇਹਦਾ। ਮਤਲਬ ਇੰਜ ਮੈਂ ਟੱਚ ਕਰਨਾ ਤੇ ਚੱਲ ਜਾਣਾ? ਜੀ ਜੀ, ਟੱਚ ਕਰਨਾ, ਲੈਂਦੇ ਹੋ ਟੱਚ ਕਰਨਾ, ਮੈਂ ਤੇ ਬਾਅਦ ਚ ਹਾਲੀ ਹੋ ਜਾਣਾ। ਸਾਨੂੰ ਨਹੀਂ ਟੱਚ ਕਰਨਾ ਤੂੰ ਜਿੰਨੀ ਦੇਰ ਦੁਬਈ ਚ। ਭਾਈ ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਮਿਹਰਬਾਨੀ ਯਾਰ। ਮੈਂ ਕਹਿੰਦਾ ਟੈਨਸ਼ਨ ਲਓ ਤੁਸੀਂ, ਤੁਸੀਂ ਮੇਰੇ ਨਾਲ ਪਿਆਰ ਕੀਤਾ ਨਾ, ਮੈਨੂੰ ਦੱਸਿਆ। ਜੀ ਜੀ, ਹੁਣ ਇੱਕ ਮੇਰੀ ਵੀ ਤੁਸੀਂ ਮੰਨੀ, ਦੱਸੋ ਤੁਸੀਂ ਮੇਰੇ ਭਾਈ ਹੋ। ਯਾਰ ਅੱਗੇ ਹੋ ਗਏ ਮਨਾ ਲਾ ਯਾਰ, ਤੂੰ ਸਾਡਾ ਅੱਜ ਸਾਨੂੰ ਤਾਂ ਕਰ ਲੈਂਦੇ ਫੋਨ ਯਾਰ। ਤੂੰ ਭਰਾ ਹੋ ਜਾ, ਤੈਨੂੰ ਕਾਹਦਾ ਮਸਲਾ? ਤੈਨੂੰ ਬਿੱਲ ਆ ਰਿਹਾ ਯਾਰ, ਇੱਥੇ ਗਲੋ ਹੋ ਗਿਆ ਤੂੰ ਮਾਈ ਜਾ। ਭਾਈ ਨੇ ਇਹ 500 ਦਿਰਮ ਲੋੜ ਨਹੀਂ ਆ। ਨਹੀਂ ਨਹੀਂ, ਮੈਂ ਸੱਚੀ, ਮੈਂ ਜੈਨੂਇਨ, ਤੁਸੀਂ ਮੇਰੇ ਭਰਾ, ਮੈਨੂੰ ਬੜੇ ਪਿਆਰੇ ਲੱਗੇ ਹੋ। ਚਲੋ ਮੈਂ ਪਤਾ ਤੁਹਾਡੀ ਹੈ, ਮੈਂ ਕਹਿੰਦਾ ਸਰ ਥੈਂਕ ਯੂ ਸੋ ਮਚ। ਕੋਈ ਗੱਲ ਨਹੀਂ, ਲੰਗਰਬਾਜ਼ੀ ਫੁੱਲ ਭਾਰ ਨਾਲ ਤੁਸੀਂ ਨਾ ਮੇਰੇ ਵੱਲੋਂ ਕਰਨੀ ਹੈ, ਮੈਂ ਕਹਿੰਦਾ ਮੈਂ ਦੋਸਤਾਂ ਨਾਲ, ਠੀਕ ਹੈ, ਮਿਹਰਬਾਨੀ। 500 ਹੀ ਦੇ ਦਿੰਦੇ ਇਕੱਠਾ? ਕੋਈ ਨਹੀਂ ਕੋਈ ਨਹੀਂ, ਬਹੁਤ ਯਾਰ ਗੱਲ ਸੁਣ ਭਾਈ। ਓ ਨੋ ਭਾਈ, ਉਹਦੇ ਆ ਯਾਰ, ਤੂੰ ਉਦਾਂ ਦਿਮਾਗ ਖਾਦਾ, 500 ਇਹਨੂੰ ਦੇ ਗਿਆ ਤੂੰ। ਤੁਸੀਂ ਉੱਥੇ ਵੀ ਬੇਕਾਰ ਤੇ ਇੱਥੇ ਬੇਕਾਰ, ਤੁਸੀਂ ਅੱਜ ਕੰਮ ਆ ਜਾਂਦੇ ਨੇ ਤੇ ਇਹ ਦੇਖਿਆ ਨਾ, ਇਹ ਤੁਹਾਡਾ ਹੋਣਾ ਸੀ, ਉਹ ਤੂੰ ਮਸਲਾ ਚੱਲ ਰਿਹਾ ਮੈਨੂੰ ਲੱਗ ਰਿਹਾ ਤੁਹਾਡਾ। ਹੋਰ ਕੀ ਯਾਰ, ਦੇ
ਪਾਗਲ ਹੋ ਗਿਆ ਤੈਨੂੰ ਦੇ ਦਿਆਂ, ਮੈਨੂੰ ਪਿਆਰ ਮੁਹੱਬਤ ਦੇ ਗਿਆ, ਮੈਂ ਉਹਨੂੰ ਰਾਹ ਦੱਸਿਆ। ਤੂੰ ਕਿਤੇ ਨਕਸ਼ਾ ਦੱਸਦਾ ਪੂਰਾ, 500 ਦਿਰਹਮ ਹੀ ਲੈ ਰਿਹਾ ਭਾਈ। ਮੈਨੂੰ ਕਹਿ ਰਿਹਾ ਭਾਈ ਤ੍ਰੈ ਚੱਕਰ ਲਾ ਬੈਠਾ ਜੀ, ਮੈਨੂੰ ਜਿਹੜਾ ਭੇਜੀ ਜਾ ਰਿਹਾ ਉਹ ਮੇਰਾ ਯਾਰ ਸੀ। ਯਾਰ ਯਾਰ ਕਿੱਥੋਂ ਸੀ ਤੇਰਾ ਭਾਈ? ਯਾਰ ਹੁੰਦਾ ਤੇ ਤੈਨੂੰ ਦੇ ਕੇ ਜਾਂਦਾ। 10 ਮਿੰਟ ਉਹਨੂੰ ਮੈਂ ਵੀ ਲਾਏ ਆ, 200 ਤੂੰ 10 ਮਿੰਟ ਲਾਏ ਨਹੀਂ, ਉਹਨੂੰ ਘੁਮਾਉਂਦਾ ਰਿਹਾ, ਸਿੱਧਾ ਰਸਤਾ ਦਿੰਦਾ ਨਾ ਤੈਨੂੰ ਦੇ ਜਾਂਦਾ। ਇਹਦੇ ਭੇਜਿਆ ਉਹਨੂੰ, ਉਹਨੂੰ ਮੈਂ ਅੱਧੀ ਲੋੜ ਸੀ ਨਾ ਤੈਨੂੰ, 200 ਮੇਰਾ ਬੰਦ ਹੈ, 200 ਕਾਹਦਾ ਤੇਰਾ ਬੰਦ ਕਰਾਣਾ ਯਾਰ ਤੈਨੂੰ ਕੋ ਆਪਣੇ ਆਪ। ਤੂੰ ਮੇਰੇ ਨਾਲ ਕੀ ਹੁਣੀ, ਤੂੰ ਹੈਲਪ ਕਹਿ ਰਿਹਾ ਤੇ ਅਸੀਂ ਮਦਦ ਤੈਨੂੰ ਕਿਉਂ ਦੇ ਰਹੀ, ਕਿਉਂ ਕਰਾਂ ਤੂੰ ਅੱਗੇ ਬੰਦੇ ਨੇ 3 ਵਜੇ ਚੱਕਰ ਲਵਾਏ ਨੇ। ਤੂੰ ਮੈਨੂੰ ਲੱਗਦਾ ਇੰਨੀ ਕੀ ਹੈਲਪ ਕਰਦਾ, 500 ਵੇਖ ਕੇ ਹੈਲਪ ਹੀ ਕਰ ਲੈ। ਦੇਖੋ ਸ਼ੁਕਰ ਅੱਲਾ ਦਾ ਹੋ ਗਿਆ ਨਾ ਗੁਜ਼ਾਰਾ ਆਪਣਾ। ਚੱਲ ਰੁਪਿਆ ਦੇ ਦੇ ਮੈਂ, ਮੇਰਾ ਛੱਡ ਪਰਾ ਜਾਣ ਦੇ ਮੈਨੂੰ ਭਾਈ, ਜਾਣ ਦੇ। ਓਏ ਮੇਰੀ ਗੱਲ ਸੁਣ ਯਾਰ, ਚੱਲ ਜਾ ਭਾਈ, ਚੱਲ ਜਾ, ਠੀਕ ਹੈ। ਕੀ ਯਾਰ ਪਾਕਿਸਤਾਨੀ 40,000 ਰੁਪਏ 'ਚ ਰਾਹ ਦੱਸਣਾ ਸੀ ਬੰਦੇ ਨੂੰ, ਚਲੋ ਹੁਣ ਸਾਰੀ ਜ਼ਿੰਦਗੀ ਰਾਹ ਦੱਸਣਾ ਜਿਹੜਾ ਪੁੱਛੇ। ਲਾਸਟ ਟਾਈਮ ਦੱਸਿਆ ਰਾਹ 40,000। ਹੈਲੋ ਬਾਈ, ਕੀ ਹਾਲ ਹੈ ਆਪਕੇ? ਕੋਈ ਰਾਸਤਾ ਪੁੱਛਣਾ ਆਪਨੇ? ਨਹੀਂ ਨਹੀਂ, ਰਸਤਾ ਨਹੀਂ ਪੁੱਛਣਾ। ਪੁੱਛ ਲਓ ਯਾਰ ਫਿਰ ਵੀ, ਕਿੱਧਰ ਜਾਣਾ ਆਪਕੋ? ਕਿੱਧਰ ਵੀ ਨਹੀਂ, ਮੈਂ ਆਪਣਾ ਜਗ੍ਹਾ ਮੈਂ ਜਾ ਰਿਹਾ। ਅੱਛਾ, ਪਤਾ ਆਪਕੋ ਡਰੈਸ? ਪਤਾ ਪਤਾ ਸਭ ਪਤਾ। ਫਿਰ ਵੀ ਪੁੱਛ ਲਓ, ਕੋਈ 150 ਕਾ ਪੁੱਛ ਲਓ।